ਜ਼ਿਆਦਾਤਰ ਲੋਕ ਮੰਨਦੇ ਹਨ ਕਿ ਮੁਸਲਮਾਨ ਇੱਕਜੁੱਟ ਹੋ ਕੇ ਵੋਟ ਪਾਉਂਦੇ ਹਨ। CSDS ਨੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ 'ਤੇ ਦੇਖਿਆ ਕਿ ਇਹ ਇੱਕ ਭਰਮ ਹੈ, ਕਿਉਂਕਿ ਅੰਕੜੇ ਦਰਸਾਉਂਦੇ ਹਨ ਕਿ ਕੌਮੀ ਅਤੇ ਸੂਬਾ ਪੱਧਰ 'ਤੇ ਉਹਨਾਂ ਦੇ ਵੋਟ ਵੱਖ ਵੱਖ ਪਾਰਟੀਆਂ ਵਿੱਚ ਵੰਡੇ ਜਾਂਦੇ ਹਨ। ਪਹਿਲਾਂ ਕੌਮੀ ਪੱਧਰ 'ਤੇ ਦੇਖਦੇ ਹਾਂ। 1996 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮੁਸਲਮਾਨਾਂ ਦੇ ਕਰੀਬ 40% ਵੋਟ ਮਿਲੇ ਸਨ, ਜਦਕਿ ਖੇਤਰੀ ਪਾਰਟੀਆਂ ਨੂੰ ਮੁਸਲਮਾਨਾਂ ਦੇ 55% ਵੋਟ ਮਿਲੇ ਸਨ। ਪਿਛਲੀਆਂ ਕੁਝ ਚੋਣਾਂ ਵਿੱਚ ਤਾਂ ਭਾਜਪਾ ਦੇ ਉਮੀਦਵਾਰਾਂ ਨੂੰ 7-8% ਤੱਕ ਹੀ ਵੋਟ ਮਿਲੇ ਹਨ। ਖੋਜ ਤੋਂ ਪਤਾ ਲੱਗਦਾ ਹੈ ਕਿ ਮੁਸਲਮਾਨਾਂ ਵਿੱਚ ਵੋਟਿੰਗ ਦਾ ਕੋਈ ਇੱਕ ਪੈਟਰਨ ਨਹੀਂ ਹੈ, ਉਹ ਮੁਕਾਬਲੇ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਹਨ। ਭਾਜਪਾ ਅਤੇ ਕਾਂਗਰਸ ਦੇ ਵਿਚਾਲੇ ਸਿੱਧਾ ਮੁਕਾਬਲਾ ਹੋਣ ਦੇ ਹਾਲਾਤ 'ਚ ਮੁਸਲਮਾਨ ਕਾਂਗਰਸ ਵੱਲ ਜਾਂਦੇ ਹਨ। ਅਜਿਹੇ ਵਿੱਚ ਚੋਣਾਂ ਵਿੱਚ ਜਿੱਥੇ 3 ਜਾਂ ਉਸ ਤੋਂ ਵੱਧ ਅਹਿਮ ਉਮੀਦਵਾਰ ਹੁੰਦੇ ਹਨ, ਉੱਥੇ ਮੁਸਲਮਾਨਾਂ ਦੇ ਵੋਟ ਸਭ ਤੋਂ ਵੱਧ ਵੰਡੇ ਜਾਂਦੇ ਹਨ। ਬਿਹਾਰ, ਉੱਤਰ ਪ੍ਰਦੇਸ਼, ਬੰਗਾਲ ਅਤੇ ਅਸਮ ਵਰਗੇ ਸੂਬਿਆਂ ਵਿੱਚ ਕਾਂਗਰਸ ਮੁਸਲਮਾਨ ਵੋਟਰਾਂ ਦੀ ਪਹਿਲੀ ਪਸੰਦ ਨਹੀਂ ਹੈ। ਮੁਸਲਮਾਨ ਵੋਟਰ ਇਹਨਾਂ ਸੂਬਿਆਂ ਵਿੱਚ ਖੇਤਰੀ ਪਾਰਟੀਆਂ ਨੂੰ ਵੋਟ ਦਿੰਦੇ ਹਨ। ਮਿਸਾਲ ਵਜੋਂ UP ਵਿੱਚ ਸਪਾ ਬਸਪਾ, ਬਿਹਾਰ ਵਿੱਚ RJD ਅਤੇ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ। ਮੁਸਲਮਾਨ ਵੋਟਰਾਂ ਵਿੱਚ ਇੱਕਜੁੱਟਤਾ ਖਾਸ ਤੌਰ 'ਤੇ ਉਹਨਾਂ ਸੀਟਾਂ 'ਤੇ ਦੇਖੀ ਜਾਂਦੀ ਹੈ ਜਿੱਥੇ ਉਹਨਾਂ ਦੀ ਆਬਾਦੀ 15-20% ਜਾਂ ਉਸ ਤੋਂ ਵੀ ਘੱਟ ਹੋਵੇ। ਜੇਕਰ ਉਹਨਾਂ ਦੀ ਪਸੰਦ ਦੀ ਕੋਈ ਪਾਰਟੀ ਨਹੀਂ ਹੈ ਤਾਂ ਉਹ ਉਸ ਉਮੀਦਵਾਰ ਨੂੰ ਵੋਟ ਦਿੰਦੇ ਹਨ ਜੋ ਉਹਨਾਂ ਦੀਆਂ ਨਜ਼ਰਾਂ ਵਿੱਚ ਭਾਜਪਾ ਨੂੰ ਹਰਾ ਸਕਦਾ ਹੋਵੇ। ਜਦੋਂ ਮੁਸਲਮਾਨ ਵੋਟਰਾਂ ਦੀ ਗਿਣਤੀ ਕਿਸੇ ਚੋਣ ਖੇਤਰ ਵਿੱਚ 20-35% ਤੱਕ ਹੁੰਦੀ ਹੈ ਤਾਂ ਉਹਨਾਂ ਦੀਆਂ ਵੋਟਾਂ ਵੰਡੇ ਜਾਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਪਰ ਹਰ ਵਾਰ ਅਜਿਹਾ ਹੋਵੇ ਇਹ ਜ਼ਰੂਰੀ ਨਹੀਂ ਹੈ। ਉਹ ਚੋਣ ਹਲਕੇ ਜਿੱਥੇ ਮੁਸਲਮਾਨ ਵੋਟਰਾਂ ਦੀ ਆਬਾਦੀ 35% ਤੋਂ ਵੱਧ ਹੈ, ਉੱਥੇ ਮੁਸਲਮਾਨ ਵੋਟਰਾਂ ਦਾ ਵੋਟ 2 ਜਾਂ ਇਸ ਤੋਂ ਵੱਧ ਟੁਕੜਿਆਂ ਵਿੱਚ ਪੱਕਾ ਵੰਡਿਆ ਜਾਂਦਾ ਹੈ।